ਕਿ ਅਪ੍ਰਿੰਟ ਸਕਾਉ ਨੂੰ ਆਇਆ ਈਮੇਲ ਤੇ ਮੈਸੇਜ ਨੂੰ ਪੜਦੇ ਆ ਸਾਡੀ ਪਹਿਲੀ ਈਮੇਲ ਆਈ ਹੈ ਮੁੰਬਈ ਤੋਂ ਵੀਰ ਸੁਖਵਿੰਦਰ ਸਿੰਘ ਜੀ ਦੀ ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਅਤੇ ਸਾਰੀ ਟੀਵੀ 84 ਦੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਿੱਚ ਬਾਂਦਰ ਸੈਨਾ ਵੱਲੋਂ ਸੰਤ ਪਿੰਡਾਂ ਵਾਲੇ ਦੇ ਪੋਸਟਰ ਸਾੜਨ ਦੀ ਧਮਕੀ ਦੇ ਜਵਾਬ ਵਿੱਚ ਪੰਜਾਬ ਵਿੱਚ ਹਰ ਸਾਲ ਨਾਲੋਂ ਸੰਤ ਜੀ ਦੇ ਪੋਸਟਰ ਬਦਲ ਲਗਾ ਕੇ ਬਾਂਦਰਾਂ ਦੀ ਫੌਜ ਦੇ ਮੂੰਹ ਤੇ ਚਪੇੜ ਪਾਈ ਆ ਕੇਂਦਰ ਸਰਕਾਰ ਨੂੰ ਇਹ ਸਿੱਧਾ ਸੁਨੇਹਾ ਹੈ ਕਿ ਭਾਵੇਂ ਤੁਸੀਂ ਸਾਡਾ ਯੋद्धा ਸੰਤ ਜਰਨੈਲ ਸਿੰਘ ਪੰਡਾਵਾ ਨੂੰ ਸ਼ਹੀਦ ਕਰ ਦਿੱਤਾ ਸਾਡੇ ਵਿਦਵਾਨ ਡਾਕਟਰ ਅਮਰਜੀਤ ਸਿੰਘ ਵਰਗੇ ਬਲੈਕਲਿਸਟ ਕਰਕੇ ਖਾਲਸਾਣ ਦੀ ਲਹਿਰ ਖਤਮ ਕਰਨ ਦੀ ناکਾਮ ਕੋਸ਼ਿਸ਼ ਕੀਤੀ ਪਰ 6 ਜੂਨ 2014 ਨੂੰ ਸਿੱਖ ਜੋ ਨੌਜਵਾਨਾਂ ਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਰਮੇ ਇਕੱਠ ਨੂੰ ਵੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਖਾਲਸਾਣ ਦੀ ਲੜਾਈ ਸਿੱਖਾਂ ਦੀ ਅਗਲੀ ਪੀੜੀ ਦੇ ਖੂਨ ਵਿੱਚ ਸ਼ਾਮਲ ਹੋ ਗਈ ਹੈ ਅਤੇ ਹੁਣ ਪੰਜਾਬ ਵਿੱਚ ਨਵੇਂ ਪਿੰਡਾਂ ਵਾਲੇ ਅਤੇ ਡਾਕਟਰ ਆਮਰਜੀਤ ਸਿੰਘ ਪੈਦਾ ਹੋ ਗਏ ਹਨ। ਕੋਡ ਨੁਖਟੇ ਨਾਨਕਾ ਔੜਕ ਸੱਚ ਰਹੀ ਜੀ ਡਾਕਟਰ ਸਾਹਿਬ। ਅ ਵੀਰ ਸੁਖਵਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਹੈ। ਕਾਫੀ ਅਰਸੇ ਬਾਅਦ ਉਹਨਾਂ ਦੀ ਈਮੇਲ ਆਈ ਹੈ। ਅ ਜੋ ਉਹਨਾਂ ਨੇ ਲਿਖਿਆ ਹੈ ਉਹ ਉਹਦੀ ਪਾਵਨਾਤਾ ਇਹੀ ਦੱਸਣਾ ਹੈ ਕਿ ਪੰਜਾਬ ਦੇ ਵਿੱਚ ਹਿੰਦੁਸਤਾਨੀ ਹਕੂਮਤ ਦੇ ਜ਼ੁਲਮਾਂ ਦੇ باوجود ਜਿਹੜਾ 6 ਜੂਨ ਨੂੰ ਬੇਸ਼ੱਕ ਇੱਕ ਪਾਸੇ ਦੁਖਦ ਘਟਨਾਵਾਂ ਵਾਪਰੀਆਂ ਨੇ ਜੀ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ 26 ਜਨਵਰੀ 1986 ਦੇ ਸਰਬਤ ਖਾਲਸਾ ਤੋਂ ਬਾਅਦ ਜਿਹਦੇ ਵਿੱਚ ਬਹੁਤ ਵੱਡਾ ਨੌਜਵਾਨਾਂ ਦਾ ਇਕੱਠ ਸੀ ਇਹਨਾਂ 30 ਸਾਲਾਂ ਚ ਪਹਿਲੀ ਵਾਰ ਇੰਨਾ ਵੱਡਾ ਇਕੱਠ ਜਿਹੜਾ ਹੈ ਉਹ ਦੇਖਣ ਚ ਆਇਆ ਜੀ ਔਰ ਸ਼ਾਇਦ ਇਹੀ ਕਾਰਨ ਸੀ ਕਿ ਏਜੰਸੀਆਂ ਨੇ ਵੀ ਉਹ ਵੀ ਪੂਰੀਆਂ ਖੁੱਲ੍ਹ ਖੇਡੀਆਂ ਨੇ ਔਰ ਜਿਵੇਂ ਮੈਂ ਕੱਲ ਦੇ ਪ੍ਰੋਗਰਾਮ ਚ ਵੀ ਕਹਿ ਸੀ ਕਿ ਇਵੈਂਚੁਅਲੀ ਦੇ ਕੈਰੀਡ ਦਾ ਡੇ ਅਸੀਂ ਅਜੇ ਆਪਣੇ ਜ਼ਖਮਾਂ ਨੂੰ ਜਿਹੜਾ ਉਹ ਉਹੀ ਸਰਾਹ ਰਹੇ ਔਰ ਬਿਲਕੁਲ ਡਿਫੈਂਸ ਦੇ ਅਸੀਂ ਚਲੇ ਗਏ ਜੀ ਬਾਕੀ ਉਹਨਾਂ ਨੇ ਸੰਤ ਪਿੰਡਰਾ ਵਾਲਿਆਂ ਨੂੰ ਸੰਤ ਸਪਾਈ ਕਿਹਾ ਸਾਨੂੰ ਵਿਦਵਾਨ ਬਣਾ ਦਿੱਤਾ ਉਹ ਜ਼ਰੂਰ ਸੰਤ ਸਪਾਈ ਨੇ ਵੀ ਮਿਰਸਦੀ ਦੇ ਮਹਾਨ ਸਿੱਖ ਨੇ ਜੀ ਅਸੀਂ ਤਾਂ ਵੀਰ ਸੁਖਵਿੰਦਰ ਸਿੰਘ ਜੀ ਤੁਹਾਡੇ ਵਾਂਗ ਵਿਦਿਆਰਥੀ ਅਸੀਂ ਤਾਂ ਸਟੂਡੈਂਟ ਹੈ ਜੀ ਜੀ ਔਰ ਗੁਰਸਿੱਖਾਂ ਇੱਕੋ ਪਿਆਰ ਹਰ ਮਿੱਤਾ ਪੁੱਤਾ ਭਾਈਆਂ ਅਸੀਂ ਸਾਰੇ ਗੁਰਸਿੱਖ ਵੀਰ ਪੈਣਾ ਇੱਕ ਦੂਸਰੇ ਤੋਂ ਸਿੱਖਦੇ ਔਰ ਇਨਾ ਜ਼ਰੂਰ ਯਤਨ ਹੈ ਉਹ ਬਲੈਕਲਿਸਟ ਕਰਦੇ ਨੇ ਕਿ ਉਹ ਕੀ ਬਣਾਉਂਦੇ ਨੇ ਇਹ ਦੁਸ਼ਮਨ ਬਾਤ ਕਰਿਆ ਨਾ ਹੋਣੀ ਜੀ ਜੀ ਜਦੋਂ ਅਸੀਂ ਉਹਨਾਂ ਦੀ ਹਕੂਮਤ ਨੂੰ ਚੈਲੰਜ ਕੀਤਾ ਹੈ ਉਹਨਾਂ ਦੇ ਸਿਸਟਮ ਨੂੰ ਚੈਲੰਜ ਕੀਤਾ ਹੈ ਆਪਣਾ ਕਾਰ ਬਣਾਉਣ ਲਈ ਨਿਕਲੇ ਤਾਂ ਜ਼ਾਹਰ ਹੈ ਹਰ ਹਕੂਮਤ ਬਾਗੀ ਨੂੰ ਜਾਂ ਜਿਹੜਾ ਆਜ਼ਾਦੀ ਪਸੰਦ ਹੈ ਉਹ ਕਿਸੇ ਨਾ ਕਿਸੇ ਕੈਟਾਗਰੀ ਚ ਰੱਖਦੀ ਐ ਉਹ ਬੀਤੇ ਵਾਲਿਆਂ ਨੇ ਵੀ ਰੱਖਿਆ ਐ ਅੱਜ ਵੀ ਰੱਖ ਰਹੇ ਨੇ ਕੱਲ ਵਾਲੇ ਵੀ ਰੱਖਣਗੇ ਪਰ ਇਹ ਚੀਜ਼ਾਂ ਜੇ ਤੁਹਾਡੇ عقیده ਨੂੰ ਤੁਹਾਡੇ ਵਿਸ਼ਵਾਸ ਨੂੰ ਤੁਹਾਨੂੰ ਤੁਹਾਡੇ ਨਿਸ਼ਾਨੇ ਤੋਂ ਨਾ ਡੁਲਾ ਸਕਣ ਇਹ ਗੁਰੂ ਦੇ ਅੱਗੇ ਹਮੇਸ਼ਾ ਅਰਦਾਸ ਕਰਨੀ ਚਾਹੀਦੀ ਔਰ ਅਸੀਂ ਵੀ ਗੁਰੂ ਦੇ ਅੱਗੇ ਇਹੀ ਆਜ਼ੀ ਦੇ ਨਾਲ ਜਿਹੜਾ ਉਹ ਅਰਦਾਸ ਕਰਦੇ ਕਿ ਸਤਗੁਰੂ ਸਾਨੂੰ ਹਿੰਮਤ ਦੇਣ ਜਿਹੜਾ ਵਿਸ਼ਵਾਸ ਵੀਰ ਸੁਖਵਿੰਦਰ ਸਿੰਘ ਵਰਗੇ ਵੀਰ ਔਰ ਸਮੂਹ ਸਿੱਖ ਸੰਗਤ ਜਦੋਂ ਜਿਨ੍ਹਾਂ ਦੇ ਨਾਲ ਮਿਲਦ ਦਾ ਇਤفاق ਹੁੰਦੇ ਜਿਹੜੇ ਸਾਨੂੰ ਲਿਖਦੇ ਨੇ ਉਹ ਸਾਡੇ ਚ ਉਹਨਾਂ ਨੇ ਜਿਹੜਾ ਵਿਸ਼ਵਾਸ ਰੱਖਿਆ ਅਸੀਂ ਤਾਂ ਇਹੀ ਗੁਰੂ ਚਰਨਾਂ ਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਬਲ ਦੇਣ ਜੀ ਜੀ ਅਸੀਂ ਇਹਨਾਂ ਦੇ ਵਿਸ਼ਵਾਸਾਂ ਤੇ ਪੂਰਾ ਉਤਰ ਸਕੀਏ ਬਾਕੀ ਹਰ ਇੱਕ ਦਾ ਇਹ ਕੌਮੀ ਫਰਜ਼ ਹੈ ਹਰ ਸਿੱਖ ਜਿਹੜਾ ਆਪਣੇ ਆਪ ਨੂੰ ਸਿੱਖ ਕਹਿੰਦੇ ਕਿ ਉਹ ਆਪਣੀ ਆਜ਼ਾਦੀ ਲਈ ਖਾਲਸਾਣ ਦੀ ਪ੍ਰਾਪਤੀ ਲਈ ਜਿਹੜਾ ਆਪਣਾ ਬੰਦਾ ਹਿੱਸਾ ਪਾਏ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਵੀ ਨਵੀਨ ਮਹਾਜਨ ਜੀ ਦੀ ਹੈ ਇਹ ਲਿਖ ਦਿਆਂ ਹੈਲੋ ਸਰ ਕੀ ਤੁਸੀਂ ਮੈਨੂੰ ਮਿਸ ਕਰਦੇ ਹੋ ਮੈਨੂੰ ਲੱਗਦਾ ਹੈ ਨਹੀਂ ਮੈਂ ਤੁਹਾਨੂੰ ਇੱਕ ਸੁਝਾਅ ਦਿੰਦਾ ਹਾਂ ਤੁਸੀਂ ਪੰਜਾਬ ਨੂੰ ਇਸ ਤਰੀਕੇ ਨਾਲ ਵੰਡ ਸਕਦੇ ਹੋ ਕਿ ਸਤਲੁਜ ਦਰਿਆ ਤੇ ਉਸ ਵਿੱਚ ਪੈਣ ਵਾਲੀਆਂ ਸਾਰੀਆਂ ਨਦੀਆਂ ਨਾਲੇ ਭਾਰਤੀ ਸਾਈਡ ਤੇ ਆ ਜਾਣ ਤੁਸੀਂ ਉਸ ਤੋਂ ਦੂਸਰੇ ਪਾਸੇ ਦਾ ਇਲਾਕਾ ਲੈ ਲਓ ਅਤੇ ਕੁਝ ਪਾਕਿਸਤਾਨ ਦਾ ਹਿੱਸਾ ਵੀ ਜਿਸ ਵਿੱਚ ਸਿਆਲਕੋਟ ਤੇ ਨਨਕਾਣਾ ਸਾਹਿਬ ਸ਼ਾਮਲ ਹੋਣ ਇਸ ਤਰ੍ਹਾਂ ਤੁਸੀਂ ਦੋਹਾਂ ਦੇਸ਼ਾਂ ਦੇ ਇਲਾਕੇ ਵਿੱਚ ਖਾਲਿਸਤਾਨ ਬਣਾ ਸਕਦੇ ਹੋ ਅਸੀਂ ਦੋਵੇਂ ਦੇਸ਼ ਤੁਹਾਡੇ ਦੇਨਦਾਰ ਵੀ ਹਾਂ ਤੁਸੀਂ ਆਪਣਾ ਦਿਰਾਈ ਪਾਣੀ ਦਾ ਹਿੱਸਾ ਰਾਵੀ ਬਿਆਸ ਜੇਲਮ ਤੇ ਚਨਾਬ ਵਿੱਚੋਂ ਲੈ ਸਕਦੇ ਹੋ ਅਸੀਂ ਸਤਲੁਜ ਹਿਮਾਚਲ ਤੇ ਕਸ਼ਮੀਰ ਦੇ ਮਾਲਕ ਬਣ ਜਾਵਾਂਗੇ ਕਸ਼ਮੀਰ ਦਾ ਹਿਮਾਚਲ ਰਾਈ ਸੰਪਰਕ ਜੁੜ ਜਾਵੇਗਾ ਅਤੇ ਤੁਸੀਂ ਸਾਨੂੰ ਕਸ਼ਮੀਰ ਲਈ ਫੌਜੀ ਲਾਂਘਾ ਪ੍ਰਦਾਨ ਕਰੋਗੇ ਇਸ ਦੇ ਇਵਿਜ ਵਿੱਚ ਅਸੀਂ ਤੁਹਾਨੂੰ ਬਾਕੀ ਦੇ ਭਾਰਤ ਵਿੱਚ ਜਾਣ ਲਈ ਸਪੈਸ਼ਲ ਪਾਸ ਦੇਵਾਂਗੇ ਤਾਂ ਕਿ ਤੁਸੀਂ ਆਪਣੇ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਕਰ ਸਕੋਗੇ ਸੋ ਇਹ ਸਾਰਿਆਂ ਲਈ ਬਰਾਬਰ ਦੀ ਜਿੱਤ ਜਿੱਤ ਵਾਲੀ ਸਥਿਤੀ ਹੋਵੇਗੀ ਤੁਹਾਡੇ ਕੋਲ ਕੁਝ ਤਬਦੀਲੀਆਂ ਨਾਲ ਆਪਣਾ ਆਜ਼ਾਦ ਦੇਸ਼ ਹੋਵੇਗਾ ਕੁਝ ਹਾਸਲ ਕਰਨ ਲਈ ਕੁਝ ਤਾਂ ਤਿਆਗ ਕਰਨਾ ਪਵੇਗਾ ਅਸੀਂ ਮੁਸਲਮਾਨਾਂ ਨੂੰ ਪਾਕਿਸਤਾਨ ਦੇ ਕੇ ਤਿਆਗ ਕੀਤਾ ਸੋ ਤੁਹਾਨੂੰ ਵੀ ਕੁਝ ਤਿਆਗ ਕਰਨਾ ਪਵੇਗਾ ਜਲੰਧਰ ਤੋਂ ਪਰੇ ਦੇ ਸਾਰੇ ਹਿੰਦੂਆਂ ਨੂੰ ਪਟਿਆਲੇ ਭੇਜ ਦਿਓ ਅਤੇ ਇੱਥੇ ਵਸਦੇ ਸਿੱਖਾਂ ਨੂੰ ਆਪਣੇ ਦੇਸ਼ ਖਾਲਸਾਣ ਲੈ ਜਾਓ ਕਿਵੇਂ ਹੈ ਡੀ ਜੀ ਡਾਕਟਰ ਸਾਹਿਬ ਅ ਮਿਸਟਰ ਨਵੀਨ ਮਹਾਜਨ ਕਾਫੀ دیر ਬਾਅਦ ਟਪਕੇ ਆ ਕੇ ਜੀ ਤੇ ਉਹਨਾਂ ਨੇ ਪੁੱਛਿਆ ਜੀ ਮੈਨੂੰ ਮਿਸ ਕਰਦੇ ਹੋ ਕਈ ਵਾਰੀ ਤੁਹਾਡੇ ਹੱਥਾਂ ਤੇ ਹੋ ਰਿਹਾ ਹੁੰਦਾ ਵੀ ਫੜਕੋਣਾ ਕਿਹਨੂੰ ਹੈ ਜੀ ਕੋਈ ਨਾ ਕੋਈ ਦਾ ਹੋਰ ਭਰਾ ਆ ਜਾਂਦਾ ਪਰ ਹੁਣ ਇਹ ਇਹੀ ਆ ਗਿਆ ਸਾਹਮਣੇ ਜੀ ਅ ਦੇਖੋ ਤਲੀ ਗੱਲ ਤਾਂ ਇਹ ਹੈ ਵੀ ਇਹ ਗੱਲ ਤਾਂ ਇਵੇਂ ਕਰ ਰਿਹਾ ਜਿਵੇਂ ਨਰਿੰਦਰ ਮੋਦੀ ਦਾ ਐਮਬੈਸਡਰ ਹੋਏ ਜਿਵੇਂ ਨਰਿੰਦਰ ਮੋਦੀ ਨੇ ਇਹਨੂੰ ਕਿਹਾ ਜੀ ਆਹ ਢੀਲ ਹੈ ਜੀ ਤੇ ਉਹ ਕਹਿ ਰਿਹਾ ਜੀ ਆਹ ਤੁਸੀਂ ਚੱਕੋ ਆਹ ਦੋ ਠੇਰ ਬਣੇ ਨੇ ਆਹ ਦੱਸੋ ਆਹ ਚੱਕਣੇ ਆਹ ਚੱਕਣੇ ਕਿਆ ਪਿੱਦੀ ਕਿਆ ਪਿੱਦੀ ਦਾ ਸ਼ੋਰ ਬਾਤ ਉਹ ਆਪਣੇ ਜਿਹੜੇ ਪੈਸੇ ਤਰਖਾ ਲੈਣਾ ਹੈ ਆਪਣੀ ਲੈ ਜੋ ਆਪਣਾ ਕੰਮ ਕਰਦਾ ਉਹ ਕਰ ਜੀ ਪਰ ਇੱਕ ਗੱਲ ਇਸ ਸਾਰੇ ਚੋਂ ਜਿਹੜੀ ਮੈਂ ਪੰਪੀ ਹੈ ਜਿਹਨੂੰ ਕਹਿੰਦੇ ਨੇ ਅੰਗਰੇਜ਼ੀ ਬਿਟਵੀਨ ਦਾ ਲਾਈਨਸ ਇਹ ਕੁੰਦਾ ਵੀ ਕੌਣ ਕੀ ਕਹਿੰਦਾ ਇੱਕ ਹੁੰਦਾ ਵੀ ਤੁਸੀਂ ਉਹਦੇ ਵਿੱਚ ਦੇਖਦੇ ਕਿਉਂ ਜੀ ਉਹਦੇ ਵਿੱਚ ਮੈਨੂੰ ਇਹ ਜ਼ਰੂਰ ਲੱਗਦਾ ਹੈ ਕਿ ਵੀ ਕਿਤੇ ਨਾ ਕਿਤੇ ਜਿਹੜੇ ਐਕਸਟ੍ਰੀਮ ਹਿੰਦੂਤਵੀ ਵੀ ਨੇ ਉਹਨਾਂ ਨੂੰ ਇਹ ਖੁੜਕਦਾ ਹੈ ਉਹਨਾਂ ਦੇ ਉਹਨਾਂ ਨੂੰ ਇਸ ਗੱਲ ਦਾ ਅਨੁਭਵ ਹੁੰਦਾ ਵੀ ਸਿੱਖਾਂ ਨੇ ਹਟਣਾ ਨਹੀਂ ਹੈ ਜੀ ਔਰ ਸਿੱਖਾਂ ਨੇ ਖਾਲਸਾਣ ਜਿਹੜਾ ਹੈ ਉਹ ਬਣਾ ਕੇ ਛੱਡਣਾ ਜੀ ਹੁਣ ਇਹ ਉਹਨਾਂ ਦੇ ਆਪਣੇ ਦਿਮਾਗ ਦੇ ਵਿੱਚ ਜਿਵੇਂ ਉਹ ਚੂਹਾ ਜਿਹੜਾ ਉਹ ਉਹਨੂੰ ਪਤਾ ਹੈ ਵੀ ਬਿੱਲੀ ਨੇ ਮੈਨੂੰ ਖਾਣਾ ਉਹ ਕਿਤੇ ਸੋਚਦਾ ਹੋਏ ਵੀ ਬਿੱਲੀ ਸੌਂ ਹੀ ਜਾਏ ਫਿਰ ਉਹ ਲੱਗਦਾ ਵੀ ਬਿੱਲੀ ਮਰ ਜਾਏ ਫਿਰ ਉਹਦਾ ਦੋ ਬਿੱਲੀਆਂ ਆਪਸ ਵਿੱਚ ਹੀ ਲੜ ਪੈਣ ਮੈਨੂੰ ਉਹਨਾਂ ਨੂੰ ਹੋਰ ਜਾਨ ਦੀ ਮੌਲਤ ਮਿਲ ਜਾਏ ਸੋ ਇਦਾਂ ਦੀਆਂ ਗੱਲਾਂ ਸਤਹ ਰੋਈ ਦੇ ਅਰਾੜ ਤੁਹਾਡਾ ਪਾਰ ਤੁਹਾਡਾ ਇੱਧਰ ਇਹ ਲੈ ਲਓ ਉਧਰ ਪਾਕਿਸਤਾਨ ਤੋਂ ਇਹ ਲੈ ਲਓ ਇਹ ਇਹਨਾਂ ਦੇ ਵਿੱਚ ਚੱਲ ਰਿਹਾ ਉਹ ਜਿਹੜਾ ਅੰਦਰਲਾ ਫੀਅਰ ਹੈ ਜੀ ਉਹ ਜਿਵੇਂ ਕਿ ਵੀ ਚੂਹੇ ਦਾ ਫੀਅਰ ਹੈ ਵੀ ਬਿੱਲੀ ਨੇ ਮੈਨੂੰ ਖਾਣਾ ਉਹਨੋਂ ਬਿੱਲੀ ਨੂੰ ਲੈ ਕੇ ਕਈ ਕੁਝ ਇਮੇਜਿਨ ਕਰ ਰਿਹਾ ਉਹਨੂੰ ਫਿਰ ਉਹ ਸਮਝਦਾ ਵੀ ਇਹੀ ਸੱਚ ਪੂਰ ਸੱਚ ਹੈ ਫਿਰ ਉਹ ਅੱਖਾਂ ਵੀ ਬੰਦ ਕਰ ਲੈਂਦਾ ਕਿ ਵੀ ਮੈਂ ਸ਼ਾਇਦ ਬਿੱਲੀ ਦੀ ਮਨੂ ਨਹੀਂ ਦੇਖੇਗੀ ਜਾਂ ਦੂਜਾ ਨਹੀਂ ਹੋਏਗਾ ਜਾਂ ਖੋਲ ਕੇ ਹੋਰ ਉਹਦੇ ਅੱਗੇ ਪਿੱਛੇ ਹੋ ਜਾਂਦਾ ਲੇਕਿਨ ਉਹਨੂੰ ਅਲਟੀਮੇਟਲੀ ਬਿੱਲੀ ਨੇ ਚੂਹੇ ਨੂੰ ਖਾਣਾ ਹੁੰਦਾ ਸੋ ਇਹ ਮਿਸਟਰ ਨਵੀਨ ਮਹਾਜਨ ਤੁਹਾਨੂੰ ਮਿਸਟਰ ਜ਼ਰੂਰ ਕਰ ਦੇ ਕਿਉਂਕਿ ਤੁਹਾਡੇ ਵਰਗੇ ਜਿਹੜੇ ਲੋਕ ਨੇ ਸਾਨੂੰ ਤੁਹਾਡਾ ਤੁਹਾਡੇ ਅੰਦਰ ਕੀ ਚੱਲ ਰਿਹਾ ਹੈ ਇਸ ਤੋਂ ਅਸੀਂ ਜਾਣੂ ਹੁੰਦੇ ਜੀ ਪਰ ਇਹ ਜਿਹੜਾ ਤੁਸੀਂ ਆਪਣੀ ਸੋ ਕਾਲਡ ਪ੍ਰਪੋਜ਼ਲ ਦਿੱਤੀ ਹੈ ਇਹ ਪਹਿਲਾਂ ਆਪਣੇ ਆਕਾ ਨੂੰ ਪੁੱਛੋ ਕਿ ਵੀ ਇਹ ਦੁਨੀਆ ਦੇ ਵਿੱਚ ਪਹਿਲਾਂ ਤਾਂ ਦਰਿਆਵਾਂ ਦੀ ਗੱਲ ਕਰੀਏ ਕਿ ਜੀ ਸਤਨੂਜ ਬਿਆਸਰਾਵੀ ਦੁਨੀਆ ਦੇ ਵਿੱਚ ਜਿਹੜਾ ਰਾਈਪੇਰੀਅਨ ਲਾਅ ਹੈ ਉਹਦੇ ਥੱਲੇ ਜਿਹੜੇ ਲੋਕ ਦਰਿਆਵਾਂ ਦੇ ਕੰਢੇ ਤੇ ਰਹਿੰਦੇ ਨੇ ਉਹ ਧਰਮਾਂ ਦੇ ਮਾਲਕ ਹੁੰਦੇ ਨੇ ਅਲਰੇਡੀ 47 ਦੇ ਵਿੱਚ ਹੈ ਜ਼ਰੂਰ ਕਿਉਂਕਿ ਸਾਡੀ ਲੀਡਰਸ਼ਿਪ ਤਾਂ ਕਾਂਗਰਸ ਦੇ ਚਾਂਸੇ 'ਚ ਆਈ ਦੂਸਰਾ ਜਿਹੜੇ 13 14% ਸਿੱਖ ਪੋਪੂਲੇਸ਼ਨ ਉਸ ਵੇਲੇ ਦੀ ਸੀ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ 'ਚ ਵੀ ਮੈਜੋਰਟੀ 'ਚ ਨਹੀਂ ਸੀ ਉਦੋਂ ਇਸ ਕਿਸਮ ਦੀਆਂ ਪ੍ਰਪੋਜ਼ਲਸੇ ਮੂਟ ਹੁੰਦੀਆਂ ਕਿ ਜੀ ਇਧਰੋਂ ਮਾਈਗ੍ਰੇਸ਼ਨ ਇਧਰ ਹੋ ਜਾਏ ਇਧਰੋਂ ਉਧਰ ਹੋ ਜਾਏ ਉਹਦਾ ਕੋਈ ਵਰਕੇਬਲ ਪੈਟਰਨ ਸੋਚਿਆ ਜਾ ਸਕਦਾ ਸੀ ਕਿ ਭਈ ਪੀਸਫੁਲ ਮਾਈਗ੍ਰੇਸ਼ਨ ਆਫ ਪੋਪੂਲੇਸ਼ਨ ਜਿਹੜੀ ਕਿ ਬਾਅਦ ਮਾਰ ਕਟ ਕਰਕੇ ਹੋਈ ਲੇਕਿਨ ਹੁਣ ਤਾਂ ਆਲਰੇਡੀ ਸਿੱਖਾਂ ਦੇ ਕੋਲ 50300 ਸਕਰ ਕਿਲੋਮੀਟਰ ਦੀ ਟੈਰੀਟਰੀ ਹੈ ਪੰਜਾਬ ਦੇ ਵਿੱਚ ਜਿਹਦੇ ਸਿੱਖ 70% ਦੀ ਨੇ ਲਿਥੁਆਨੀਆ ਵਰਗੇ ਮੁਲਕ ਜਿਹੜੇ ਨੇ ਉਹਦੇ ਤੇ 51:49 ਦੀ ਰੇਸ਼ੋ ਵੀ ਰਹੀ ਹੈ 51% ਲਿਥੁਆਨੀਅਨ ਸੀ 49% ਰਸ਼ੀਅਨ ਮੂਲ ਦੇ ਔਰ ਦੂਸਰੇ ਲੋਕ ਸੀ ਇਹਦੇ باوجود ਉਹ ਦੇਸ਼ ਆਜ਼ਾਦ ਦੇਸ਼ ਨੇ ਸੋ ਅਸੀਂ ਸਮਝਦੇ ਹਾਂ ਵੀ ਇਹ ਪਟਿਆਲਾ ਤੇ ਦੂਜੇ ਤੀਜੇ ਤੇ ਤਾਂ ਤੁਸੀਂ ਭੁੱਲ ਜਾਓ ਕਿ ਵੀ ਤੁਹਾਡੀ ਕੋਈ ਪੰਜਾਬ ਦੇ ਵਿੱਚਲੀ ਟੈਰੀਟਰੀ ਹਾਂ ਸਾਡਾ ਅਕਰ ਔਰ ਅਸੀਂ ਰੀਅਲਿਸਟਿਕ ਕਲੇਮ ਕਰਦੇ ਹਾਂ ਅਸੀਂ ਨਾ ਤਾਂ ਔਰ ਪਾਕਿਸਤਾਨ ਦੇ ਮਾਮਲੇ 'ਚ ਇਹ ਗੱਲ ਅਸੀਂ ਰਿਪੀਟਡਲੀ ਕਹਿੰਦੇ ਹਾਂ ਕਿ ਭਾਈ ਉਹ ਵਗ ਹੁਸੈਨੀਵਾਲ ਫਾਈਨਲ ਬਾਰਡਰ ਨੇ ਅਸੀਂ ਪਾਕਿਸਤਾਨ ਦੇ ਨਾਲ ਮਿੱਤਰਤਾ ਭਰੇ ਸਬੰਧ ਚਾਹੁੰਦੇ ਸਾਡੇ ਗੁਰਦੁਆਰਾ ਸਹਿਬਾਨ ਨੇ ਆਲਰੇਡੀ ਪਾਕਿਸਤਾਨ ਨੇ ਉਹਨਾਂ ਦੇ ਪ੍ਰਬੰਧ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ ਤੁਸੀਂ ਅਖੰਡ ਭਾਰਤ ਤੁਹਾਡੇ ਦਿਮਾਗਾਂ ਚੋਂ ਨਹੀਂ ਨਿਕਲਿਆ ਤੁਸੀਂ ਕਹਿ ਰਹੇ ਹੋ ਜੀ ਪਾਕਿਸਤਾਨ ਤੁਸੀਂ ਕੁਰਬਾਨੀ ਕਰ ਦਿੱਤੀ ਦੇ ਕੇ ਇਹ ਤੁਹਾਨੂੰ ਵੀ ਪਤਾ ਹੈ ਵੀ ਪਾਕਿਸਤਾਨ ਕਿਵੇਂ ਲਿਆ ਹੈ ਮੁਹੰਮਦ ਅਲੀ ਜਨਾ ਨੇ ਕਿ ਕਿਸ ਡਿਟਰਮੀਨੇਸ਼ਨ ਦੇ ਨਾਲ ਉਹਨਾਂ ਨੇ ਜਿਹੜਾ ਉਹ ਤੁਹਾਡੇ ਜੋਚੋਂ ਕੱਢਿਆ ਤੁਸੀਂ ਕੋਈ ਕੁਰਬਾਨੀ ਨਹੀਂ ਕੀਤੀ ਮੈਂ ਤਾਂ ਉਸ ਜ਼ਮਾਨੇ ਦੇ ਇਹਨਾਂ ਦੇ ਹਿੰਦੀ ਮੈਗਜ਼ੀਨ ਦੇਖੇ ਨੇ ਉਹਨਾਂ ਦੇ ਵਿੱਚੋਂ ਲਿਖਿਆ ਹੁੰਦਾ ਜੀ ਵੱਡੇ ਵੱਡੇ ਸਲੋਗਨ ਸ਼ਮਸ਼ਾਨ ਭਲੇ ਹੀ ਬਨ ਜਾਵੇ ਬਨ ਸਕਤਾ ਪਾਕਿਸਤਾਨ ਨਹੀਂ ਇਨਾ ਦਾ ਟਿਟਿਊਡ ਡੇਸ ਜੀ ਸੋ ਉਸ ਸਾਰੇ ਦੇ ਥੱਲੇ ਅੱਜ ਸਾਡਾ ਅਸੀਂ ਜੋ ਵੀ ਲੈਣਾ ਹੈ ਤੁਹਾਡੇ ਤੋਂ ਹੀ ਲੈਣਾ ਹੈ ਔਰ ਉਹਦੇ ਸਾਡੇ ਕੋਲ ਆਲਰੇਡੀ 50300 ਕਿਲੋਮੀਟਰ ਟੈਰੀਟਰੀ ਹੈ ਇਹਦੇ ਨਾਲ ਸਾਡਾ ਕਲੇਮ ਜਿਹੜੇ ਸਿੱਖ ਆਬਾਦੀ ਦੇ ਨਾਲ ਲੱਗਦੇ ਜ਼ਿਲ੍ਹੇ ਜਿਹੜੇ ਤੁਸੀਂ ਰਾਜਸਥਾਨ ਔਰ ਹਰਿਆਣੇ ਦੇ ਵਿੱਚ ਵਾੜੇ ਹੋਏ ਨੇ ਤੇ ਜਿਹੜਾ ਜ਼ਿਲ੍ਹਾ ਗੰਗਾ ਨਗਰ ਹੈ ਜ਼ਿਲ੍ਹਾ ਹਨੂਮਾਨਗੜ੍ਹ ਹੈ ਰਾਜਸਥਾਨ ਇਧਰੋਂ ਅੰਬਾਲਾ ਸਿਰਸਾ ਪੀਹੋਵਾ ਇਹ ਸਾਰੀ ਸਿੱਖ ਬੈਲਟ ਹੈ ਜਿਹੜੀ ਨਾਲ ਕੰਗਰੂ ਹਸੇ ਔਰ ਇਨਾਂ ਨੇ ਜਦੋਂ ਚਾਰਡ ਦੇ ਵਿੱਚ ਬੌਂਡਰੀ ਕਮਿਸ਼ਨ ਬਣਾਇਆ ਇਨਾਂ ਨੇ ਬਜਾਏ ਕਿ ਪਿੰਡ ਨੂੰ ਯੂਨਿਟ ਰੱਖ ਦੇ ਔਰ ਉਹਦੀ ਲਗਾਤਾਰਤਾ ਨੂੰ ਰੱਖ ਦੇ ਇਨਾਂ ਨੇ ਤਹਿਸੀਲ ਯੂਨਿਟ ਬਣਾ ਦਿੱਤੀ ਔਰ ਸਿੱਖ ਮੈਜੋਰਟੀ ਤਹਿਸੀਲਾਂ ਜਿਹੜੀਆਂ ਨੇ ਉਹ ਇਹ ਕਹਿ ਕੇ ਕਿ ਜੀ ਇਹ ਪੰਜਾਬ ਨਾਲ ਨਹੀਂ ਲੱਗਦੀਆਂ ਹਰਿਆਣੇ ਦੇ ਉਸ ਲੱਗਦੀਆਂ ਨੇ ਸਿੱਖ ਮੈਜੋਰਟੀ ਹੰਡਰਡਸ ਆਫ ਵਿਲੇजेस ਜਿਹੜੇ ਨੇ ਹਰਿਆਣੇ ਔਰ ਹਿਮਾਚਲ ਨੂੰ ਦੇ ਦਿੱਤੇ ਜਿਵੇਂ ਹਿਮਾਚਲ ਦੇ ਵਿੱਚ ਤਹਿਸੀਲ ਉਹਨਾ ਡਿਸਟ੍ਰਿਕਟ ਹਾਰਪੁਰ ਦੀ ਤਹਿਸੀਲ ਸੀ ਜੀ ਔਰ ਉਨੂੰ ਜੇ ਵਿਲੇਜ ਆਧਾਰ ਬਣਦਾ ਤੇ ਫੇਰ ਉਹ ਪੰਜਾਬ ਦੇ ਬਹੁਤ ਸਾਰੇ ਪਿੰਡ ਸੀ ਉਹਦੇ ਚ ਲੇਕਿਨ ਇਹਨਾਂ ਨੇ ਤਹਿਸੀਲ ਉਹਨਾਂ ਜਿਹੜੀ ਆ ਕੱਢ ਕੇ ਹਿਮਾਚਲ ਨੂੰ ਦੇ ਦਿੱਤੀ ਸੋ ਅਸੀਂ ਸਮਝਦੇ ਹਾਂ ਵੀ ਹਰਿਆਣਾਤ ਚ ਵੀ ਰਾਜਸਥਾਨ ਚ ਵੀ ਪਲੱਸ ਹਿਮਾਚਲ ਚ ਵੀ ਔਰ ਖਾਸ ਤੌਰ ਤੇ ਜਿਹੜੀਆਂ ਸ਼ਵਾਲਕ ਹਿਲਸ ਨੇ ਕਿਉਂਕਿ ਸਾਡਾ ਬਾਰਡਰ ਪਹਿਲਾਂ ਵੀ ਜਦੋਂ ਸਿੱਖ ਰਾਜ ਵੇਲੇ ਚਾਈਨਾ ਦੇ ਨਾਲ ਲੱਗਦਾ ਸੀ ਉਹ ਨੇਚਰਲ ਹਿਲਸ ਨੇ ਜਿਹੜੇ ਦਰਿਆ ਸਤਲੁਜ ਬਿਆਸ ਰਾਵੀ ਇਹ ਇੰਡਸ ਵਾਟਰ ਟ੍ਰੀਟੀ ਪਾਕਿਸਤਾਨ ਨਾਲ 1960 ਚ ਇੰਡੀਆ ਨੇ ਸਾਈਨ ਕੀਤੀ ਹੋਈ ਹੈ ਉਦੇ ਥੱਲੇ ਰਾਵੀ ਸਤਲੁਜ ਬਿਆਸ ਜਿਹੜਾ ਔਰ ਰਾਵੀ ਇਹ ਇਧਰਲੇ ਦਰਿਆ ਮੰਨੇ ਗਏ ਸੀ ਚਨਾਬ ਜੇਲਮ ਔਰ ਇੰਡਸ ਦਰਿਆ ਸਿੰਧ ਜਿਹਨੂੰ ਕਹਿੰਦੇ ਨੇ ਇਹ ਤਿੰਨ ਦਰਿਆ ਐਕਸਕਲੂਸਿਵ ਅਪਰ ਰਾਈਪੇਰੀਅਨ ਲੋਅਰ ਰਾਈਪੇਰੀਅਨ ਰਾਈਟ ਪਾਕਿਸਤਾਨ ਦੇ ਨੇ ਤੋ ਤੁਸੀਂ ਜਿਹੜਾ ਸਾਡਾ ਪਾਣੀ ਲੁੱਟ ਕੇ ਰਾਜਸਥਾਨ ਔਰ ਹਰਿਆਣਾ ਨੂੰ ਲਾ ਜਾ ਰਹੇ ਹੋ ਖਾਰਸਤਾਨ ਬਣਨ ਤੋਂ ਬਾਅਦ ਇਸ ਦੀ ਜਿਹੜੀ ਹਿੰਦੂ 벨ਟ ਹੈ ਦੇ ਵਿਲ ਹੈਵ ਟੂ ਪੇ ਫਾਰ ਏਵਰੀ ਡ੍ਰੌਪ ਆਫ ਵਾਟਰ ਜੀ ਔਰੇ ਆਪਣੇ ਜਿਹੜੀ ਦੁਨੀਆ ਵਿੱਚ ਤੁਸੀਂ ਰਹਿ ਰਹੇ ਹੋ ਨਾ ਕਿ ਵੀ ਤੁਸੀਂ ਸਿੱਖਾਂ ਨੂੰ ਪਾਕਿਸਤਾਨ ਦੇ ਗਲ ਪਵਾ ਦਿਓ ਫਿਰ ਇੱਧਰ ਕਰ ਦਿਓ ਕੋਈ ਨਵੀਂ ਪ੍ਰਪੋਜ਼ਲ ਤੇਰੇ ਤਾਂ ਵੈਸੇ ਪੱਲੇ ਵੀ ਕੁਛ ਨਹੀਂ ਮਿਸਟਰ ਮਹਾਜਨ ਲੇਕਨ ਜੇ ਕਾਨੂੰਨ ਤੇਰੇ ਆਕਾ ਵੀ ਇਸ ਕਿਸਮ ਦੀ ਕੋਈ ਗੱਲ ਕਰਨਗੇ ਤੇ ਪਹਿਲਾਂ ਸਾਡਾ ਕਲੇਮ ਜਿਹੜਾ ਉਹ ਤੁਹਾਡੇ ਨਾਲ ਹੈ ਸਾਡੀ ਨੇਗੋਸ਼ੀਏਸ਼ਨ ਵੀ ਤੁਹਾਡੇ ਨਾਲ ਹੀ ਹੋਣੀ ਹੈ ਪੀਸਫੁਲੀ ਦੇ ਦੇਓਗੇ ਚੰਗਾ ਰਹੋਗੇ ਤੁਸੀਂ ਆਪਣਾ ਜਮਨਾਪਾੜ ਜਾ ਕੇ ਅਸੀਂ ਬਾਰਡਰੀ ਡਿਫਾਈਨ ਕੀਤੀ ਹੋਈ ਹੈ ਵਾਗਾ ਬਾਰਡਰ ਤੋਂ ਦਰਿਆਏ ਜਮਨਾ ਤੱਕ ਕਿਉਂਕਿ ਜਮਨਾ ਦੇ ਨਾਲ ਲੱਗਦੇ ਕਰਨਾਲ ਔਰ ਨਾਰਨੌਲੇ ਸਾਰੀਆਂ ਸਿੱਖ ਰਿਆਸਤਾਂ ਸੀ 47 ਤੱਕ ਸੋ ਇਸ ਕਿਸੇ ਭੁਲੇਖੇ 'ਚ ਨਾ ਰੋ ਬਾਕੀ ਵਕਤ ਦੱਸੇਗਾ ਕਿ ਭਈ ਕਿਵੇਂ ਜੇ ਤੁਸੀਂ ਨਹੀਂ ਸਿੱਖਾਂ ਦੇ ਨਾਲ ਕੋਈ ਡੀਲ ਬਣਾਉਂਦੇ ਫਿਰ ਤੁਹਾਨੂੰ ਸਿੱਖ ਕਿਵੇਂ ਰੋਲਦੇ ਨੇ ਜੇ ਸਾਡਾ ਇਤਿਹਾਸ ਬੀਤੇ ਦਾ ਵੀ ਦੇਖ ਲਓ ਸੋ ਫਿਰ ਵੀ ਤੇਰਾ ਭਾਈ ਧੰਨਵਾਦ ਤੂੰ ਘਟੋ ਘਟ ਫਿਰ ਵੀ ਲਿਖਿਆ ਇੰਨਾ ਠੀਠ ਹੈ ਫਿਰ ਆ ਜਾਣਾ ਦੂੰ ਜੀ ਡਾਕਟਰ ਸਾਹਿਬ ਬਿਲਕੁਲ ਹੁਣ ਲੈਨੇ ਆ ਬ੍ਰੇਕ ਵੀਅਰਸ ਤੁਸਨ ਇਸ ਤਰ੍ਹਾਂ ਬਨੇ ਨਾ ਮਿਲਦੇ ਆ ਛੋਟੇ ਵਕਫੇ ਤੋਂ ਬਾਅਦ